ਇਹ ਤੁਹਾਡੀ ਸਲਵਾਤ ਤੋਂ ਪਤਾ ਲੱਗਦਾ ਬਈ ਹੁਣ ਤੁਸੀਂ ਮੁੱਕ ਗਏ ਹੋ ਇੱਕ ਸੈਟ ਕਰ ਯਾਰ ਮੈਂ ਇੱਕ ਐਲਾਨ ਕਰਨਾ ਹੈ ਤੇ ਸ਼ੁਕਰੀਆ ਅਦਾ ਕਰਨਾ ਹੈ ਤਮਾਮ ਅਜ਼ਾਦਾਰਾਂ ਦਾ ਤਮਾਮ ਜ਼ਾਕਰੀਨ ਦਾ ਇੰਤਜ਼ਾਮੀਆਂ ਦਾ ਬੀਐਲ ਥਾਣਾ ਐਸ ਐਚ ਓ ਸਾਹਿਬ ਟਾਈਮ ਤਾਂ ਸਾਡਾ 6-7 ਤੱਕ ਮਗਰ ਹੁਣ ਰਾਤ ਥੀਂਦੇ ਪਏ ਤੇ ਅਗਲੇ ਸਾਲ 12 ਤੱਕ ਨਹੀਂ ਆਉਣਾ ਇਹੋ ਐਲਾਨ ਕਰਨ ਵਾਸਤੇ ਮੈਂ ਉੱਠਾਂ ਬਈ ਅਗਲੇ ਸਾਲ ਇਹ ਜਿਵੇਂ ਅੱਜ ਅਜ਼ਾਨ ਨਾਲ ਵੇਲੇ ਸ਼ੁਰੂ ਥਈਏ ਤੇ ਆਉਂਦੇ ਸਾਲ ਇਹ ਸਦੂ ਫਿਰਾ ਰਲ ਕੇ ਜਲਸਾ ਕਰਵੇਸੂ ਤੇ ਆਉਂਦੇ ਸਾਲ ਇਹ ਕੋ ਸੀ ਤੇ ਸਾਰੀ ਰਾਤ ਹੀ ਉਹ ਸੀ ਤੇ ਵਲਦੀ ਧੰਮੀ ਖਤਮ ਥੀ ਸੁਣਦੇ ਪਿਓ ਜੋ ਆਜ਼ਾਦਾਰੀ ਤੋਂ ਇਲਾਵਾ ਅਸਾਂ ਕੋ ਪਿਓ ਡਾ ਦੇ ਤਾਂ ਕੁੱਟੀ ਆਜ਼ਾਦਾਰੀ ਦੇ ਗਏ ਦੋ ਤਰੇ ਬੰਦੇ ਕਾਵੜੇ ਬੈਠੇ ਨੇ ਤੇ ਬੈਠੇ ਪਿੱਛੇ ਨੇ ਮੈਂ ਡਾਟਾ ਜਾਣਦਾ ਖੁਸ਼ ਥੈ ਕਰੋ ਖੁਦਾ ਦੇ ਬੰਦੇ ਇਹ ਲੱਖ ਲੱਖ ਡੇਢ ਡੇਢ ਲੱਖ ਤੇ ਸਾਗੂ ਪੋਤੇ ਜਾ ਕੇ ਔਖੇ ਆਉਂਦੇ ਮੌਲਾ ਜ਼ਿੰਦਗੀ ਕਰੇ ਬਈ ਤਸਵਰ ਅਬਾਸ ਤਮਾਮ ਭਰਾਵਾਂ ਨਾਲ ਪਤਰੇਰਾਂ ਨਾਲ ਖਾਨਦਾਨ ਨਾਲ ਈਟੀ ਬੇ ਸੋਲਾਂ ਵਾਲੇ ਨਾਲ ਵਸੇਬ ਨਾਲ ਸ਼ੀਆ ਸੁਨੀ ਨਾਲ ਮਾਲਿਕ ਅਬਾਸ ਤੇ ਸ਼ਾਹ ਤਮਾਮ ਦਾ ਸ਼ੁਕਰੀਆ ਕੋਈ ਖਿਦਮਤ ਦੀ ਕਮੀ ਹੋਵੇ ਅੱਜ ਸਾਡੇ ਮਹਿਮਾਨ ਆਵੇ ਤੁਸਾਂ ਅਕਬਰ ਦੇ ਬਾਬੇ ਦੇ ਮਹਿਮਾਨ ਤੇ ਬੜੇ ਦੂਰ ਦੂਰ ਤੋਂ ਅਜ਼ਾਦਾਰ ਹੈ ਤਮਾਮ ਜ਼ਾਕਰੀਨ ਦਾ ਸ਼ੁਕਰੀਆ ਆਪਣੇ ਭਾਈ ਮੁਹੰਮਦ ਸੈਨ ਜੋ ਤੋਂ ਬਾਨੀ ਹੈ ਸਾਡਾ ਵਿਰਾ ਹੈ ਇੰਤਜ਼ਾਮੀਆਂ ਦਾ ਇਹ ਠੇਕੇਦਾਰ ਦਾ ਨਾਮ ਇੱਕ ਜਵਾਦ ਉਸ ਨਾਲ ਬੜਾ ਤਾਂ ਜਿਹੜੇ ਤੁਹਾਡੇ ਸਾਹਮਣੇ ਮਜਲਿਸ ਤੋਂ ਪਹਿਲੇ ਜਿਹੜੀ ਹਾਲਾਤ ਹੀ ਬੰਦੇ ਤੋਂ ਟੁਰਿਆ ਸੁਣਨ ਨਹੀਂ ਜਾਂਦਾ ਜੀ ਇਹ ਪਿਓ ਵੱਧਾ ਜਾਂ ਪੁੱਤਰ ਵੱਧਾ ਹੈ ਜਿਹੜੀ ਥੋੜ ਹੈ ਤੇ ਮਾਲਕ ਉਹ ਕੋਈ ਰੰਗ ਲਾਵੇ ਲਾਲਾ ਤ੍ਰੀਜੀ ਦੀਵਾਰ ਹੈ ਠੇਕੇਦਾਰ ਸਾਹਿਬ ਜਵਾਦ ਸ਼ੇਖ ਸਾਹਿਬ ਨੂੰ ਬੜਾ ਤਾਵਨ ਕੀਤੇ ਜਿਹੜਾ ਟੈਂਟ ਲਾਵੇ ਜਿਹੜਾ ਪਾਣੀ ਪਿਲਾਵੇ ਤੇ ਜਿਹੜੇ ਨੀਵੇ ਪੈ ਬੁਲੇਂਦੇ ਸਾਰਿਆਂ ਦਾ ਸ਼ੁਕਰੀਆ ਅਦਾ ਜਿਹੜਾ ਮਜਲਿਸ ਦਾ ਰਸਤਾ ਦੱਸੇ ਹੁਸੈਨ ਦੀ ਮਾਂ ਨੂੰ ਖਾਲੀ ਨਹੀਂ ਹੋਣਾ ਆਉਂਦੀ ਸਾਲ ਡੇਢ ਹੀ ਹੈ ਨਾ ਕਿ ਲਾਲਾ ਚੇਂਜ ਹੋ ਸੀ ਇਹ ਆ ਡੇਟ ਹੋ ਸੀ ਸਾਰੀ ਰਾਤ ਲੰਗਰ ਚਲਸੀ ਸਾਰਾ ਡੀ ਲੰਗਰ ਹੋ ਸੀ ਅਸਾਂ ਦੋਵੇਂ ਫਿਰਾ ਬਲਕਿ ਸਾਰੇ ਫਿਰਾ ਜਿਤਨੇ ਪਿਤਰੇ ਪੂਰਾ ਅਸਾਂ ਖਾਨਦਾਨ ਸਾਡਾ ਰੂਹ ਮੇਰਾ ਬਣ ਕੇ ਬਈ ਜਲਸਾ ਵੀ ਜਿਵੇਂ ਸ਼ੁਰੂ ਥੀ ਨਾ ਧੰਮੀ ਕੋ ਤੇ ਵਲਦੀ ਧੰਮੀ ਕੋ ਮੁੱਕੇ ਤੇ ਕੋਸ਼ਿਸ਼ ਕਰੋ ਸੋ ਜਿਤਨੇ ਮੌਲਾ ਦੇ ਜ਼ਾਕਰੀਨ ਸਾਰੇ ਪੜਨ ਸਾਰੇ ਕਲਾਸ ਬਈ ਨਾਲ ਅਬਦੁਲ ਨਾਲ ਖਤਮ ਸਾਰਿਆਂ ਦਾ ਸ਼ੁਕਰੀਆ ਹਤਮਨ ਕਿ ਆਪਣੀ ਤਰਫੋਂ ਆਪਣੇ ਭਰਾਵਾਂ ਪਿਤਰੇ ਤਰਫੋਂ ਮੁਹੰਮਦ ਸੈਨ ਸ਼ਾਹ ਦੀ ਤਰਫੋਂ ਸਾਰਿਆਂ ਦਾ ਸ਼ੁਕਰੀਆ ਸਾਰਿਆਂ ਕੋ ਮਾਲਿਕ ਰੰਗ ਲਾਵੇ ਇਹ ਮੀਆਂ ਵਾਲੀ ਜੀ ਬਾਬਾ ਸਮਝ ਨਹੀਂ ਆਈ ਮਸਹਿਬ ਮੈਂ ਕਿਹਾ ਆਪਣਾ ਅੱਲਾਹ ਦਾ ਨਾਮ ਸੋਜੀ ਬੈਠੇ ਨਹੀਂ ਤਾਂ ਕੋਈ ਦੀਗਰੇਲੇ ਭਿਰਾ ਕੁੱਠੇ ਜਿੰਨਾ ਹੈ ਨਹੀਂ ਕੀਤੀ ਵਤ ਵੀ ਆਦਨਾ ਮੈਂ ਪੜ੍ਹਨਾ ਨਹੀਂ ਇਹ ਸਾਡੇ ਪਿਓ ਦਾ ਬੜਾ ਪਿਆਰਾ ਆਈ ਸੋਨਾ ਖਾਨ ਬੜੇ ਦੂਰ ਦੂਰ ਤੋਂ ਬੇਤਸਵਰ ਤੇਰੇ ਮਹਿਮਾਨ ਬਲਕਿ ਮੌਲਾ ਦੇ ਮਹਿਮਾਨ ਵਤ ਵੀ ਆਦਨ ਦੀਗਰੇਲੇ ਭਿਰਾ ਕੁੱਠੇ ਮੂੰਹ ਥੱਕਾ ਬੈਠੇ ਵਤ ਵੀ ਆਦਨ ਦੀਗਰੇਲੇ ਭਿਰਾ ਕੁੱਠੇ ਲਾਲਾ ਸਲਾਮ ਜਾਨੀ ਨਹੀਂ ਲੱਥਾ ਜੋ ਲੁੱਟ ਪੈ ਗਏ ਮੁਹੰਮਦ ਸੈਨ ਸ਼ਾਹ ਲੁੱਟਣ ਵਾਲੇ ਅੰਗਰੇਜ਼ ਨੇ ਬੋਲੋ ਮੁਸਲਮਾਨ ਲੁੱਟੀ ਜਾਣ ਵਾਲੀਆਂ ਨਬੀਜ਼ਾਦੀਆਂ ਲਾਲਾ ਨਾਸਿਰ ਜਿਹੜਾ ਘਰ ਲੁੱਟਣ ਵਾਲਾ ਹਾਂ ਉਹਨਾਂ ਰਜ ਰਜ ਕੇ ਪਾਣੀ ਪੀਤਾ ਬੜਾ ਦਰਦ ਹੈ ਬੜੀ ਰੂਹਾਨੀਅਤ ਇਹ ਇਹ ਜਿਹੜੀ ਹੈ ਨਹੀਂ ਇਹ ਰੂਹਾਨੀਅਤ ਹੁੰਦੀ ਵੀ ਅਤੇ ਜਿਹੜਾ ਘਰ ਲੁੱਟੀ ਜਾਣ ਵਾਲਾ ਹਾਂ ਕੋਈ ਤਰੈਰੀਆਂ ਦੀ ਤੱਸੀ ਸਹੀ ਜ਼ਿਆਦਾ ਕੋਈ ਚਾਰਨੀਆਂ ਦੀ ਤੱਸੀ ਜ਼ਿੰਦਗੀ ਹੋਵੇ ਲਾਲਾ ਜ਼ਰ ਇਹਨੂੰ ਲਫ਼ ਸੁਣ ਤੇ ਬੰਦ ਪੜਾਂ ਲਫ਼ਜ਼ ਤਾਂ ਬਸ ਸਾਰੇ ਬਜ਼ੁਰਗਾਂ ਦੇ ਬਾਬਾ ਪੜਦਾ ਜ਼ਾਲਿਮ ਮੁਸਲਮਾਨਾ ਪਹਿਲੇ ਆਲੇ ਨਬੀ ਦਾ ਪਾਣੀ ਬੰਦ ਕੀਤਾ ਵੱਤ ਤਸਾਂ ਕੋ ਕੁੱਠਾ ਨੇ ਜਿਹਨਾਂ ਹਾਏ ਨਹੀਂ ਕੀਤੀ ਵੱਤ ਕੁੱਠਾ ਹੀ ਆਉਂਦੀਆਂ ਲਾਸ਼ਾਂ ਦੇ ਘੋੜੇ ਵਜਾ ਉਹ ਲੱਗੀ ਪੇਸ਼ੀ ਵੇਲੇ ਵਿੱਚ ਸਾਰਾ ਬਦਲਾ ਬੁਝਿਆ
دی امنی چوم بدر بھی میں دین میں بہلا نوکر ہے بڑا کرے جوان بچے ہو آج یہ چاند نیرا نوکر ہے او مائی کن دین ونیا اے حسن دی بیو سلطان ووادی نگری دا کھڑی پوچھ دی ای بھی ایڈ سلام سلام آش مر گیا ہائے 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 ہ